2024 ਦੀ ਸਭ ਤੋਂ ਵੱਡੀ ਫਿਲਮ ਯਾਨੀ ਕਿ ਵਾਰਨਿੰਗ 2 ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਫੈਨਸ ਨੂੰ ਪ੍ਰੋਮਿਸ ਕਰਦੇ ਹੋਏ ਗਿੱਪੀ ਗਰੇਵਾਲ ਨੇ ਵਾਰਨਿੰਗ 3 ਦੀ ਅਨਾਉਂਸਮੈਂਟ ਕਰ ਦਿੱਤੀ ਹੈ, ਉਹ ਵੀ ਖਾਸ ਮੌਕੇ ਤੇ। ਜੀ ਹਾਂ, ਅੱਜ ਹੈ ਪ੍ਰਿੰਸ ਕਵਲਜੀਤ ਯਾਨੀ ਕਿ ਪੰਮਾ ਦਾ ਬਰਥਡੇ, ਤੇ ਇਸ ਖਾਸ ਮੌਕੇ ਤੇ ਹੰਬਲ ਮੋਸ਼ਨ ਪਿਕਚਰਸ ਦੇ ਵੱਲੋਂ ਪ੍ਰਿੰਸ ਕਵਲਜੀਤ ਨੂੰ ਇੱਕ ਬਹੁਤ ਹੀ ਖਾਸ ਤੋਹਫ਼ਾ ਦਿੱਤਾ ਗਿਆ। ਉਹਨਾਂ ਦੇ ਖਾਸ ਜਨਮਦਿਨ ਦੇ ਮੌਕੇ 'ਤੇ ਵਾਰਨਿੰਗ 3 ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਇਸ ਪੋਸਟਰ ਨੂੰ ਗਿੱਪੀ ਵੱਲੋਂ ਸਾਂਝਾ ਕੀਤਾ ਗਿਆ ਅਤੇ ਪ੍ਰਿੰਸ ਕਵਲਜੀਤ ਦੇ ਵੱਲੋਂ ਕੋਲੈਬ ਵੀ ਕੀਤਾ ਗਿਆ। ਇਹਨੇ ਨਹੀਂ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਕੈਪਸ਼ਨ ਦੇ ਵਿੱਚ ਲਿਖਿਆ, ਔਨ ਦ ਓਕੇਸ਼ਨ ਆਫ ਪੰਮਾ ਅੱਕਾ ਪ੍ਰਿੰਸ ਕਵਲਜੀਤ ਬਰਥਡੇ, ਹੰਬਲ ਮੋਸ਼ਨ ਪਿਕਚਰ ਪ੍ਰਜੈਂਟ ਵਾਰਨਿੰਗ 3 2025। ਵੈਲ, ਇਸੇ ਦੇ ਨਾਲ ਇਸ ਫਿਲਮ ਦੀ ਟੀਮ ਨੂੰ ਗਿੱਪੀ ਗਰੇਵਾਲ ਦੇ ਵੱਲੋਂ ਟੈਗ ਵੀ ਕੀਤਾ ਗਿਆ ਹੈ। ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਅਮਰ ਹੁੰਦਲ ਦੇ ਵੱਲੋਂ ਅਤੇ ਇਸ ਫਿਲਮ ਨੂੰ ਲਿਖਿਆ ਅਤੇ ਪ੍ਰੋਡਿਊਸ ਕੀਤਾ ਜਾਏਗਾ ਗਿੱਪੀ ਗਰੇਵਾਲ ਦੇ ਵੱਲੋਂ। ਇਸੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਗੇਜਾ ਅਤੇ ਪੰਮਾ ਦੋਵਾਂ ਨੂੰ ਹੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਵਾਰਨਿੰਗ 2 ਦੀ ਜਿਹੜੀ ਸਾਰੀ ਸਟਾਰਕਾਸਟ ਸੀ ਉਹਨਾਂ ਨੇ ਬਹੁਤ ਹੀ ਬਾਕਮਾਲ ਕੰਮ ਕੀਤਾ ਅਤੇ ਹਾਲੇ ਵੀ ਵਾਰਨਿੰਗ 2 ਸਿਨੇਮਾ ਘਰਾਂ ਦੇ ਵਿੱਚ ਬਾਕਮਾਲ ਕੰਮ ਕਰ ਰਹੀ ਹੈ ਅਤੇ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਵੈਲ, ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਵਾਰਨਿੰਗ 3 ਦੇ ਲਈ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ।